ਸਾਡੇ ਨਾਲ ਤਜਿੰਦਰਪਾਲ ਸਿੰਘ ਤੂਰ ਮੌਜੂਦ ਨੇ ਜੋ ਪੈਰਿਸ ਓਲੰਪਿਕ ਖੇਡ ਕੇ ਆਏ ਨੇ, ਸਾਡੇ ਨਾਲ ਗੱਲਬਾਤ ਕਰਨੀ ਮੌਜੂਦ ਨੇ। ਤੂਰ ਸਾਹਿਬ, ਕਿਵੇਂ ਦਾ ਐਕਸਪੀਰੀਅੰਸ ਰਿਹਾ? ਪਹਿਲਾਂ ਏਸ਼ੀਅਨ ਗੇਮਾਂ ਖੇਡੀਆਂ ਨੇ, ਗੋਲਡ ਮੈਡਲਿਸਟ ਵੀ ਰਹੇ ਹੋ, ਓਲੰਪਿਕ ਵਿੱਚ ਭਾਵੇਂ ਨਹੀਂ ਗੋਲਡ ਮੈਡਲ ਮਿਲ ਪਾਇਆ ਪਰ ਜਿੱਤ ਹਾਰ ਇੱਕ ਪਾਰਟ ਆ, ਕਿਵੇਂ ਪੈਰਿਸ ਜਾ ਕੇ ਆਏ ਸੀ, ਕਿਵੇਂ ਦਾ ਲੱਗਿਆ ਗੇਮਾਂ ਖੇਡ ਕੇ, ਕੀ ਕਹੋ? ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ, ਏਸ਼ੀਅਨ ਗੇਮ ਅਤੇ ਓਲੰਪਿਕ ਦਾ ਐਕਸਪੀਰੀਅੰਸ ਬਿਲਕੁਲ ਅਲੱਗ ਹੁੰਦਾ ਜੀ। ਵੀ ਮੈਂ ਓਲੰਪਿਕ ਗਿਆ, ਆਪਣੀ ਕੰਟਰੀ ਵੱਲੋਂ ਰੀਪ੍ਰਜੈਂਟ ਕੀਤਾ, ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਇਸ ਵਿੱਚ। ਮੈਂ ਮੈਡਲ ਨਹੀਂ ਜਿੱਤ ਪਾਇਆ ਕਿਉਂਕਿ ਮੇਰੇ ਐਂਕਲ ਦੇ ਵਿੱਚ ਇੰਜਰੀ ਚੱਲ ਰਹੀ ਪਿਛਲੇ 2.5-3 ਮਹੀਨੇ ਤੋਂ। ਉਸਦੇ ਜੋ 2-3 ਮਹੀਨੇ ਮੇਰੇ ਬੜੇ ਟ੍ਰੇਨਿੰਗ ਦੇ ਖਰਾਬ ਰਹੇ, ਮੈਂ ਗਰਾਊਂਡ ਵਰਕ ਅਤੇ ਥਰੋਵਾਂ ਮੈਨੂੰ ਛੱਡਣੀਆਂ ਪਈਆਂ ਲਾਸਟ 'ਤੇ, ਅਤੇ ਮਤਲਬ ਮੈਡਲ ਤਾਂ ਨਹੀਂ ਕਹਿ ਸਕਦੇ ਜੀ, ਪਰ ਮੈਂ ਜੋ ਪਰਫੋਰਮ ਕਰਨਾ ਚਾਹੀਦਾ ਸੀ ਓਲੰਪਿਕ 'ਚ ਉਹ ਮੈਂ ਵਧੀਆ ਨਹੀਂ ਕਰ ਪਾਇਆ। ਬਈ ਤੁਹਾਡੇ ਤੋਂ ਬਹੁਤ ਜਣੇ ਪ੍ਰੇਰਨਾ ਲੈਂਦੇ ਨੇ ਕਿਉਂਕਿ ਗੋਲਡ ਮੈਡਲਿਸਟ ਉਹ ਕੋਈ ਇੰਜਰੀ ਛੋਟੀ ਮੋਟੀ ਹੋ ਜਾਂਦੀ ਆ, ਵਜ੍ਹਾ ਰਹਿ ਜਾਂਦੀ ਆ, ਪਰ ਤੁਹਾਡੇ ਤੋਂ ਸੇਧ ਲੈਂਦੇ ਨੇ ਬਹੁਤ ਸਾਰੇ ਨੌਜਵਾਨ ਕਿ ਜਿਸ ਹਿਸਾਬ ਨਾਲ ਤੁਹਾਡਾ ਜੁੱਸਾ ਦੇਖ ਕੇ, ਹੈ ਨਾ, ਵੀ ਪਹਿਲਾਂ ਵੀ ਗੋਲਡ ਮੈਡਲ, ਉਹਨਾਂ ਨੂੰ ਕੀ ਸੁਨੇਹਾ ਦਿੰਦੇ? ਬ ਉਹਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਵੀ ਆਪਣੀ ਟ੍ਰੇਨਿੰਗ ਜਾਰੀ ਰੱਖੋ, ਇੰਜਰੀਆਂ ਚੱਲਦੀਆਂ ਰਹਿੰਦੀਆਂ ਨੇ, ਅਤੇ ਇਹਨਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਮਤਲਬ ਤੁਸੀਂ ਇੱਕ ਇੰਜਰੀ ਜੋ ਉੱਭਰਦੇ ਹੋ ਤਾਂ ਪਹਿਲਾਂ ਨਾਲੋਂ ਬੈਟਰ ਹੋ ਕੇ ਨਿਖਰਦੇ ਹੋ ਤੁਸੀਂ। ਅਗਲੀ ਤਿਆਰੀ ਹੁਣ ਕਿਸ ਚੀਜ਼ ਦੀ ਰਹੂਗੀ? ਅਗਲੇ ਹੁਣ ਜਿੱਦਾਂ ਨੈਕਸਟ ਈਅਰ ਆ ਰਹੇ ਨੇ, ਏਸ਼ੀਅਨ ਚੈਂਪੀਅਨਸ਼ਿਪ ਆ ਰਹੀ ਹੈ, ਉਸ ਤੋਂ ਅੱਗੇ ਏਸ਼ੀਅਨ ਗੇਮਸ ਆ ਰਹੀਆਂ 26 ਦੇ ਵਿੱਚ, ਤੋ ਬਾਬਾ ਮੇਰ ਕਰੇ। ਹਾਂਜੀ, ਇੱਥੇ ਮਾਨ ਸਰਕਾਰ ਵੱਲੋਂ ਵੀ ਹੁਣ ਕੁਛ ਇਨਾਮ ਦਿੱਤਾ ਜਾ ਰਿਹਾ ਹੈਗਾ, ਸਾਰੇ ਭਾਵੇਂ ਮੈਡਲ ਆਇਆ ਨਹੀਂ ਆਇਆ, ਇੱਕ ਸਨਮਾਨ ਵਜੋਂ ਦਿੱਤਾ ਜਾ ਰਿਹਾ ਤਾਂ ਜੋ ਖਿਡਾਰੀਆਂ ਦਾ ਕੋਈ ਮਨੋਬਲ ਨਾ ਡਿੱਗੇ, ਖਿਡਾਰੀ ਖੇਡਦੇ ਰਹਿਣ, ਖੇਡਣ ਪ੍ਰਮੋਟ। ਜੀ ਬਿਲਕੁਲ, ਮੈਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਓਲੰਪਿਕ ਜਾਣ ਤੋਂ ਪਹਿਲਾਂ ਪ੍ਰਿਪਰੇਸ਼ਨ ਵਾਸਤੇ 15 ਲੱਖ ਰੁਪਇਆ ਦਿੱਤਾ, ਅਤੇ ਜਿਵੇਂ ਸਾਡੇ ਹੋਕੀ ਵਾਲਿਆਂ ਦਾ ਬਰੋਂਜ਼ ਮੈਡਲ ਆਇਆ, ਜਿਵੇਂ ਸਾਡਾ ਮੈਡਲ ਨਹੀਂ ਆਇਆ, ਜਿਨ੍ਹਾਂ ਨੇ ਪਾਰਟੀਸਪੇਟ ਕੀਤਾ ਉਹਨਾਂ ਨੂੰ ਵੀ ਪਾਰਟੀਸਪੇਸ਼ਨ ਦਾ 15-15 ਲੱਖ ਰੁਪਇਆ ਦੇ ਰਹੇ ਹਾਂ। ਠੀਕ ਹੈ, ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਸਾਡੇ ਨਾਲ ਇੰਡੀਅਨ ਸ਼ਾਰਟ ਪੁੱਟਰ ਤਜਿੰਦਰਪਾਲ ਸਿੰਘ ਤੂਰ, ਲਗਾਤਾਰ ਕਹਿ ਸਕਦੇ ਕਿ ਪੈਰਿਸ ਓਲੰਪਿਕ ਦੇ ਵਿੱਚ ਪਾਰਟੀਸਪੇਸ਼ਨ ਕੀਤਾ, ਮੈਡਲ ਨਹੀਂ ਆ ਸਕਿਆ ਇੰਜਰੀ ਦੇ ਕਾਰਨ, ਪਰ ਲਗਾਤਾਰ ਮਿਹਨਤ ਹਜੇ ਵੀ ਜਾਰੀ ਹੈ। ਸਾਡੇ ਨਾਲ ਤਜਿੰਦਰਪਾਲ ਸਿੰਘ ਤੂਰ ਮੌਜੂਦ ਨੇ ਜੋ ਪੈਰਿਸ ਓਲੰਪਿਕ ਖੇਡ ਕੇ ਆਏ ਨੇ, ਸਾਡੇ ਨਾਲ ਗੱਲਬਾਤ ਕਰਨੀ ਮੌਜੂਦ ਨੇ। ਤੂਰ ਸਾਹਿਬ, ਕਿਵੇਂ ਦਾ ਐਕਸਪੀਰੀਅੰਸ ਰਿਹਾ? ਪਹਿਲਾਂ ਏਸ਼ੀਅਨ ਗੇਮਾਂ ਖੇਡੀਆਂ ਨੇ, ਗੋਲਡ ਮੈਡਲਿਸਟ ਵੀ ਰਹੇ ਹੋ, ਓਲੰਪਿਕ ਵਿੱਚ ਭਾਵੇਂ ਨਹੀਂ ਗੋਲਡ ਮੈਡਲ ਮਿਲ ਪਾਇਆ ਪਰ ਜਿੱਤ ਹਾਰ ਇੱਕ ਪਾਰਟ ਆ, ਕਿਵੇਂ ਪੈਰਿਸ ਜਾ ਕੇ ਆਏ ਸੀ, ਕਿਵੇਂ ਦਾ ਲੱਗਿਆ ਗੇਮਾਂ ਖੇਡ ਕੇ, ਕੀ ਕਹੋ? ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ, ਏਸ਼ੀਅਨ ਗੇਮ ਅਤੇ ਓਲੰਪਿਕ ਦਾ ਐਕਸਪੀਰੀਅੰਸ ਬਿਲਕੁਲ ਅਲੱਗ ਹੁੰਦਾ ਜੀ। ਵੀ ਮੈਂ ਓਲੰਪਿਕ ਗਿਆ, ਆਪਣੀ ਕੰਟਰੀ ਵੱਲੋਂ ਰੀਪ੍ਰਜੈਂਟ ਕੀਤਾ, ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਇਸ ਵਿੱਚ। ਮੈਂ ਮੈਡਲ ਨਹੀਂ ਜਿੱਤ ਪਾਇਆ ਕਿਉਂਕਿ ਮੇਰੇ ਐਂਕਲ ਦੇ ਵਿੱਚ ਇੰਜਰੀ ਚੱਲ ਰਹੀ ਪਿਛਲੇ 2.5-3 ਮਹੀਨੇ ਤੋਂ। ਉਸਦੇ ਜੋ 2-3 ਮਹੀਨੇ ਮੇਰੇ ਬੜੇ ਟ੍ਰੇਨਿੰਗ ਦੇ ਖਰਾਬ ਰਹੇ, ਮੈਂ ਗਰਾਊਂਡ ਵਰਕ ਅਤੇ ਥਰੋਵਾਂ ਮੈਨੂੰ ਛੱਡਣੀਆਂ ਪਈਆਂ ਲਾਸਟ 'ਤੇ, ਅਤੇ ਮਤਲਬ ਮੈਡਲ ਤਾਂ ਨਹੀਂ ਕਹਿ ਸਕਦੇ ਜੀ, ਪਰ ਮੈਂ ਜੋ ਪਰਫੋਰਮ ਕਰਨਾ ਚਾਹੀਦਾ ਸੀ ਓਲੰਪਿਕ 'ਚ ਉਹ ਮੈਂ ਵਧੀਆ ਨਹੀਂ ਕਰ ਪਾਇਆ। ਬਈ ਤੁਹਾਡੇ ਤੋਂ ਬਹੁਤ ਜਣੇ ਪ੍ਰੇਰਨਾ ਲੈਂਦੇ ਨੇ ਕਿਉਂਕਿ ਗੋਲਡ ਮੈਡਲਿਸਟ ਉਹ ਕੋਈ ਇੰਜਰੀ ਛੋਟੀ ਮੋਟੀ ਹੋ ਜਾਂਦੀ ਆ, ਵਜ੍ਹਾ ਰਹਿ ਜਾਂਦੀ ਆ, ਪਰ ਤੁਹਾਡੇ ਤੋਂ ਸੇਧ ਲੈਂਦੇ ਨੇ ਬਹੁਤ ਸਾਰੇ ਨੌਜਵਾਨ ਕਿ ਜਿਸ ਹਿਸਾਬ ਨਾਲ ਤੁਹਾਡਾ ਜੁੱਸਾ ਦੇਖ ਕੇ, ਹੈ ਨਾ, ਵੀ ਪਹਿਲਾਂ ਵੀ ਗੋਲਡ ਮੈਡਲ, ਉਹਨਾਂ ਨੂੰ ਕੀ ਸੁਨੇਹਾ ਦਿੰਦੇ? ਬ ਉਹਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਵੀ ਆਪਣੀ ਟ੍ਰੇਨਿੰਗ ਜਾਰੀ ਰੱਖੋ, ਇੰਜਰੀਆਂ ਚੱਲਦੀਆਂ ਰਹਿੰਦੀਆਂ ਨੇ, ਅਤੇ ਇਹਨਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਮਤਲਬ ਤੁਸੀਂ ਇੱਕ ਇੰਜਰੀ ਜੋ ਉੱਭਰਦੇ ਹੋ ਤਾਂ ਪਹਿਲਾਂ ਨਾਲੋਂ ਬੈਟਰ ਹੋ ਕੇ ਨਿਖਰਦੇ ਹੋ ਤੁਸੀਂ। ਅਗਲੀ ਤਿਆਰੀ ਹੁਣ ਕਿਸ ਚੀਜ਼ ਦੀ ਰਹੂਗੀ? ਅਗਲੇ ਹੁਣ ਜਿੱਦਾਂ ਨੈਕਸਟ ਈਅਰ ਆ ਰਹੇ ਨੇ, ਏਸ਼ੀਅਨ ਚੈਂਪੀਅਨਸ਼ਿਪ ਆ ਰਹੀ ਹੈ, ਉਸ ਤੋਂ ਅੱਗੇ ਏਸ਼ੀਅਨ ਗੇਮਸ ਆ ਰਹੀਆਂ 26 ਦੇ ਵਿੱਚ, ਤੋ ਬਾਬਾ ਮੇਰ ਕਰੇ।
ਹਾਂਜੀ ਅਤੇ ਮਾਨ ਸਰਕਾਰ ਵੱਲੋਂ ਵੀ ਹੁਣ ਕੁਛ ਇਨਾਮ ਦਿੱਤਾ ਜਾ ਰਿਹਾ ਹੈਗਾ, ਸਾਰੇ ਭਾਵੇਂ ਮੈਡਲ ਆਇਆ ਨਹੀਂ ਆਇਆ, ਇੱਕ ਸਨਮਾਨ ਵਜੋਂ ਦਿੱਤਾ ਜਾ ਰਿਹਾ ਤਾਂ ਜੋ ਖਿਡਾਰੀਆਂ ਦਾ ਕੋਈ ਮਨੋਬਲ ਨਾ ਡਿੱਗੇ, ਖਿਡਾਰੀ ਖੇਡਦੇ ਰਹਿਣ, ਖੇਡਣ ਪ੍ਰਮੋਟ। ਜੀ ਬਿਲਕੁਲ, ਮੈਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਓਲੰਪਿਕ ਜਾਣ ਤੋਂ ਪਹਿਲਾਂ ਪ੍ਰਿਪਰੇਸ਼ਨ ਵਾਸਤੇ 15 ਲੱਖ ਰੁਪਇਆ ਦਿੱਤਾ, ਅਤੇ ਜਿਵੇਂ ਸਾਡੇ ਹੋਕੀ ਵਾਲਿਆਂ ਦਾ ਬਰੋਂਜ਼ ਮੈਡਲ ਆਇਆ, ਜਿਵੇਂ ਸਾਡਾ ਮੈਡਲ ਨਹੀਂ ਆਇਆ ਸਰ, ਜਿਨ੍ਹਾਂ ਨੇ ਪਾਰਟੀਸਪੇਟ ਕੀਤਾ ਉਹਨਾਂ ਨੂੰ ਵੀ ਪਾਰਟੀਸਪੇਸ਼ਨ ਦਾ 15-15 ਲੱਖ ਰੁਪਇਆ ਦੇ ਰਹੇ। ਤਾਂ ਇਹ ਸਨ ਸਾਡੇ ਨਾਲ ਇੰਡੀਅਨ ਸ਼ਾਰਟ ਪੁੱਟਰ ਤੇਜਿੰਦਰਪਾਲ ਸਿੰਘ ਤੂਰ, ਲਗਾਤਾਰ ਕਹਿ ਸਕਦੇ ਕਿ ਪੈਰਿਸ ਓਲੰਪਿਕ ਦੇ ਵਿੱਚ ਪਾਰਟੀਸਪੇਸ਼ਨ ਕੀਤਾ, ਮੈਡਲ ਨਹੀਂ ਆ ਸਕਿਆ ਇੰਜਰੀ ਦੇ ਕਾਰਨ, ਪਰ ਲਗਾਤਾਰ ਮਿਹਨਤ ਹਜੇ ਵੀ ਜਾਰੀ ਹੈ।